ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਸੋਆਬੀਨ ਦੇ ਪਕੌੜਿਆਂ ਦੀ ਦਾਲ ਬਣਾਵਾਂਗੇ। ਆਹ ਸੋਆਬੀਨ ਦੇ ਪਕੌੜੇ ਹੈ ਅਤੇ ਇਹਨਾਂ 'ਚ ਆਪਾਂ ਪਾਣੀ ਪਾਵਾਂਗੇ, ਪਹਿਲਾਂ ਭਿਉਵਾਂਗੇ। ਅਤੇ ਭਿੱਜਦੇ ਭਿੱਜਦੇ ਆਪਾਂ ਮਸਾਲਾ ਕੁੱਟਾਂਗੇ ਅਤੇ ਆਪਾਂ ਲਸਣ, ਗੰਢਾ, ਹਰੀ ਮਿਰਚ ਇਹ ਕੁੱਟਾਂਗੇ ਆਪਾਂ। ਇਹਨੂੰ ਆਪਾਂ ਥੋੜ੍ਹਾ ਜਿਹਾ ਕੁੱਟ ਕੇ ਅਤੇ ਫਿਰ ਆਪਾਂ ਥੋੜ੍ਹਾ ਜਿਹਾ ਟਮਾਟਰ ਪਾਵਾਂਗੇ, ਅੱਧਾ ਕੁ ਟਮਾਟਰ, ਅਤੇ ਅੱਧਾ ਕੁ ਟਮਾਟਰ ਆਪਾਂ ਊਂ ਪਾਵਾਂਗੇ ਤੜਕੇ 'ਚ ਮਸਾਲੇ 'ਚ। ਆਪਾਂ ਅੱਧਾ ਟਮਾਟਰ ਕੁੱਟਾਂਗੇ। ਹੁਣ ਆਪਾਂ ਅੱਧਾ ਟਮਾਟਰ ਪਾਵਾਂਗੇ, ਸਾਬਤਾ ਟਮਾਟਰ ਹੈ ਵੱਡਾ, ਇੰਨਾ ਕੁ ਆਪਾਂ ਰੱਖਾਂਗੇ। ਇਹ ਉੱਤੇ ਤੜਕੇ 'ਚ ਪਾਵਾਂਗੇ ਆਪਾਂ। ਇਹ ਮਸਾਲਾ ਆਪਾਂ ਚੰਗੀ ਤਰ੍ਹਾਂ ਕੁੱਟਾਂਗੇ। ਲਓ ਆਪਾਂ ਹੁਣ ਗੰਢਾ, ਟਮਾਟਰ, ਹਰੀ ਮਿਰਚ, ਲਸਣ ਕੁੱਟ ਲਏ ਹੈ ਅਤੇ ਹੁਣ ਆਪਾਂ ਲੂਣ ਮਿਰਚ ਪਾਵਾਂਗੇ। ਜਿੰਨਾ ਕੁ ਲੋੜ ਆ ਉਨਾ ਕੁ ਪਾਵਾਂਗੇ ਲੂਣ ਮਿਰਚ, ਗਰਮ ਮਸਾਲਾ, ਹਲਦੀ, ਹੁਣ ਮਸਾਲਾ ਆਪਾਂ ਤਿਆਰ ਕਰ ਲਿਆ ਇਹ ਅਤੇ ਹੁਣ ਆਪਾਂ ਅੱਗ ਬਾਲਾਂਗੇ ਅਤੇ ਕੜਾਹੀ ਧਰਾਂਗੇ। 10 ਮਿੰਟ ਹੋ ਗਏ ਇਹਨਾਂ ਪਕੌੜਿਆਂ ਭਿੱਜਿਆਂ ਨੂੰ, ਇਹ ਵੀ ਪੋਲੇ ਹੋ ਗਏ ਹੈ ਇਸ ਤਰ੍ਹਾਂ। ਇਹਨਾਂ ਦਾ ਪਾਣੀ ਕੱਢ ਦਿਆਂਗੇ ਹੁਣ ਆਪਾਂ। ਹੁਣ ਆਪਾਂ ਤੇਲ ਪਾਵਾਂਗੇ। ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਥੋੜ੍ਹਾ ਜਿਹਾ। ਲਓ ਆਪਣਾ ਤੇਲ ਗਰਮ ਹੋ ਗਿਆ, ਆਪਾਂ ਜੀਰਾ ਪਾਵਾਂਗੇ। ਹੁਣ ਆਪਾਂ ਟਮਾਟਰ ਪਾਵਾਂਗੇ।
ਟਮਾਟਰ ਆਪਣਾ ਕੁਛ ਫਰਾਈ ਹੋ ਗਿਆ ਅਤੇ ਆਪਾਂ ਹੁਣ ਮਸਾਲਾ ਪਾਵਾਂਗੇ ਕੁੱਟਿਆ ਹੋਇਆ। ਇਹਨੂੰ ਆਪਾਂ 2-3 ਮਿੰਟ ਸੇਕ ਲਵਾਵਾਂਗੇ, ਮਸਾਲੇ ਨੂੰ ਭੁੰਨਾਂਗੇ ਅਤੇ ਮੁੜ ਕੇ ਆਪਾਂ ਕੁੰਡਾ ਧੋ ਕੇ ਪਾਣੀ ਪਾਵਾਂਗੇ, ਮੁੜ ਕੇ ਫਿਰ ਆਪਾਂ ਸੋਇਆਬੀਨ ਦੇ ਪਕੌੜੇ ਪਾਵਾਂਗੇ। ਮਸਾਲਾ ਭੁੱਜ ਗਿਆ ਅਤੇ ਹੁਣ ਆਪਾਂ ਕੁੰਡਾ ਧੋ ਕੇ ਪਾਣੀ ਪਾਵਾਂਗੇ। ਜਦੋਂ ਥੋੜ੍ਹਾ ਜਿਹਾ ਮਸਾਲਾ ਗਰਮ ਹੋ ਗਿਆ ਤਾਂ ਆਪਾਂ ਸੋਇਆਬੀਨ ਦੇ ਪਕੌੜੇ ਪਾ ਦੇਵਾਂਗੇ। ਬੜੀ ਤਰੀਨੀ ਬਣਾਉਂਦੇ ਰਸਮ ਇਸ ਰੱਖਾਂਗੇ। ਲਓ ਆਪਣਾ ਮਸਾਲਾ ਹੁਣ ਖਰਿੱਜਣ ਲੱਗ ਗਿਆ, ਵਧੀਆ ਬਣ ਗਿਆ, ਤੜਕਾ ਲੱਗ ਗਿਆ ਅਤੇ ਆਪਾਂ ਹੁਣ ਸੋਇਆਬੀਨ ਦੇ ਪਕੌੜੇ ਪਾਉਣੇ ਆ। ਇੱਕ ਮਿੰਟ ਆਪਾਂ ਉੱਤੋਂ ਢਕਾਂਗੇ। ਲਓ ਆਪਾਂ 2 ਕੁ ਮਿੰਟ ਸੇਕ ਲਵਾ ਲਿਆ, ਇਹਨਾਂ ਨੂੰ ਥੋੜ੍ਹਾ ਹੀ ਲੱਗਦਾ ਸੇਕ ਤਾਂ, ਅਤੇ ਹੁਣ ਆਪਾਂ ਲਾਹ ਲਾਂਗੇ। ਹੁਣ ਆਪਾਂ ਕੌਲੀ 'ਚ ਪਾਵਾਂਗੇ। ਬਹੁਤ ਬਣੀ, ਵਧੀਆ ਬਣੀ ਹੈ ਸੋਇਆਬੀਨ ਦੇ ਪਕੌੜਿਆਂ ਦੀ ਸਬਜ਼ੀ, ਬਹੁਤ ਸੰਘਣੀ ਬਣੀ ਹੈ, ਗਾੜੀ ਤਰੀ ਬਹੁਤ ਵਧੀਆ ਬਣੀ ਹੈ। ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ।